ਜੋ ਹਾਥਰਸ ਵਿੱਚ ਵਿਖੇ ਘਿਨੌਣੀ ਘਟਨਾ ਵਾਪਰੀ ਆ ਉਸ ਦੇ ਲਈ ਪੰਜਾਬ ਦੀਆਂ ਸਾਰੀਆਂ ਸੰਸਥਾਵਾਂ ਧਾਰਮਿਕ ਸੰਸਥਾਵਾਂ ਅਤੇ ਹੋਰ ਭਾਈਚਾਰਿਆਂ ਵੱਲੋਂ ਜੋ 10 ਤਰੀਕ ਦੀ ਬੰਦ ਦੀ ਕਾਲ ਦਿੱਤੀ ਗਈ ਆ ਉਸ ਨੂੰ ਸਹੀ ਤਰੀਕੇ ਨਾਲ ਸਮਰਾਲੇ ਵਿੱਚ ਵੀ ਬੰਦ ਕੀਤਾ ਜਾਊਗਾ ਔਰ ਉਸ ਨੂੰ ਮੰਨਦੇ ਹੋਏ ਜਿਹੜਾ 10 ਤਰੀਕ ਦਾ ਵਾ ਉਹ ਮੁਕੰਮਲ ਬੰਦ ਰੱਖਿਆ ਜਾਊਗਾ ਔਰ ਇਸ ਲਈ ਅਸੀਂ ਸਾਰੇ ਵੱਖ ਵੱਖ ਦੁਕਾਨਦਾਰਾਂ ਦੇ ਨੁਮਾਇੰਦੇ ਅਤੇ ਸਾਰਿਆਂ ਨੂੰ ਵਾਲਮੀਕ ਮੰਦਰ ਵਿੱਚ ਅੱਜ ਇਕੱਠ ਕੀਤਾ ਸੀ ਉਸ ਵਿੱਚ ਮਤਾ ਪਾ ਕੇ ਦੱਸ ਦਿੱਤਾ ਗਿਆ ਅਤੇ ਅਨਾਊਂਸਮੈਂਟ ਵੀ ਕਰਾਵਾਂਗੇ ਵੀ 10 ਤਰੀਕ ਦਾ ਬੰਦ ਆ ਅਸੀਂ ਪ੍ਰਸ਼ਾਸਨ ਤੋਂ ਔਰ ਸਾਰੇ ਦੁਕਾਨਦਾਰਾਂ ਤੋਂ ਔਰ ਬਾਕੀ ਸਾਰੇ ਭਾਈਚਾਰਿਆਂ ਤੋਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਵੀ ਉਹ ਵੀ ਇਸ ਬੰਦ ਵਿੱਚ ਸਾਨੂੰ ਸਾਥ ਦੇਣ ਕਿਉਂਕਿ ਇਹ ਜਿਹੜੀ ਘਟਨਾ ਕੋਈ ਇੱਕ ਫਿਰਕੇ ਨਾਲ ਜਾਂ ਇੱਕ ਕਮਿਊਨਿਟੀ ਨਾਲ ਜੋੜ ਕੇ ਨਹੀਂ ਦੇਖਣੀ ਚਾਹੀਦੀ ਇਹ ਜਿਹੜੀ ਘਟਨਾ ਵਾ ਇਹ ਸਾਰੇ ਸਮਾਜ 'ਤੇ ਸਾਡੇ 'ਤੇ ਇੱਕ ਕਲੰਕ ਆ ਔਰ ਜੇ ਇਸੇ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਰਹੀਆਂ ਤਾਂ ਸਾਡੇ ਬੱਚੇ ਸਾਡੀਆਂ ਧੀਆਂ ਭੈਣਾਂ ਸਮਾਜ ਵਿੱਚ ਕਿਤੇ ਵੀ ਸੁਰੱਖਿਅਤ ਨਹੀਂ ਰਹਿਣਗੀਆਂ ਔਰ ਆਉਣ ਵਾਲਾ ਸਮਾਂ ਵਾ ਜਿਹੜਾ ਜੇ ਅਸੀਂ ਅੱਜ ਅਜਿਹੇ ਦੋਸ਼ੀਆਂ ਨੂੰ ਨੱਥ ਨਾ ਪਾਈ ਅਸੀਂ ਇਕੱਠੇ ਨਾ ਹੋਏ ਤਾਂ ਆਉਣ ਵਾਲਾ ਸਮਾਂ ਇਸ ਤੋਂ ਵੀ ਮਾੜਾ ਸਮਾਂ ਆ ਸਕਦਾ ਵਾ ਇਸ ਲਈ ਸਾਨੂੰ ਸਾਰਿਆਂ ਨੂੰ ਇਸ ਵਿੱਚ ਇੱਕ ਦੂਜੇ ਦਾ ਸਾਥ ਦੇਣਾ ਚਾਹੀਦਾ ਔਰ ਉਸ ਲੜਕੀ ਨੂੰ ਅਭਾਗੀ ਲੜਕੀ ਆ ਜਿਹੜੀ ਮਨੀਸ਼ਾ ਉਹਨੂੰ ਇਨਸਾਫ ਦਿਵਾਉਣ ਲਈ ਅਸੀਂ ਸੰਘਰਸ਼ ਦੀ ਹਰ ਸੀਮਾ ਤੱਕ ਜਾਵਾਂਗੇ ਔਰ ਇਸ ਸੰਘਰਸ਼ ਨੂੰ ਹੋਰ ਤੇਜ਼ ਕਰਨਾ ਪਿਆ ਤਾਂ ਹੋਰ ਤੇਜ਼ ਕਰਾਂਗੇ ਹਰੇਕ ਰਾਜਨੀਤਿਕ ਪਾਰਟੀ ਨੂੰ ਔਰ ਹਰੇਕ ਸੰਸਥਾ ਨੂੰ ਹਰੇਕ ਧਾਰਮਿਕ ਸੰਸਥਾ ਨੂੰ ਸਾਡੀ ਹੱਥ ਜੋੜ ਕੇ ਨਿਮਰਤਾ ਸਹਿਤ ਫਿਰ ਬੇਨਤੀ ਆ ਵੀ ਸਾਡਾ ਇਸ ਬੰਦ ਦੀ ਕਾਲ ਵਿੱਚ ਪੂਰੀ ਤਰ੍ਹਾਂ ਸਾਥ ਦਿਓ ਤਾਂ ਜੋ ਉਸ ਨੂੰ ਲੜਕੀ ਨੂੰ ਅਸੀਂ ਇਨਸਾਫ ਦਿਵਾ ਸਕੀਏ ਔਰ ਦੋਸ਼ੀਆਂ ਨੂੰ ਬਣਦੀ ਸਜ਼ਾ ਇੱਕ ਐਗਜ਼ੈਂਪਲਰੀ ਸਜ਼ਾ ਦਿਵਾ ਸਕੀਏ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਜੈ ਵਾਲਮੀਕ ਹਰ ਹਰ ਬਲ ਹਾਂਜੀ ਕੀ ਨਾਮ ਆ ਜੀ ਆਪਣਾ ਮੇਰਾ ਸਰ ਦੀਪਕ ਰਾਏ ਪ੍ਰਧਾਨ ਵਪਾਰ ਮੰਡਲ ਸਮਰਾਲਾ ਜੋ ਹਾਥਰਸ ਦੇ ਵਿੱਚ ਸਾਡੀ ਭੈਣ ਮਨੀਸ਼ਾ ਦੇ ਨਾਲ ਬਲਾਤਕਾਰ ਜਾਂ ਉਸਦੇ ਮਤਲਬ ਕਿ ਉਸ ਸਰੀਰ ਉਹਦੀ ਬਾਡੀ ਦੇ ਨਾਲ ਧੱਕਾ ਹੋਇਆ ਉਹਦੇ ਸੰਬੰਧ ਦੇ ਵਿੱਚ ਜੋ ਭਾਰਤ ਦੇ ਵਿੱਚ ਬੰਦ ਦੀ ਕੌਲ ਆਈ ਹੈ ਉਸ ਨੂੰ ਸਮਰਥਨ ਦਿੰਦੇ ਹੋਏ ਸਾਡੇ ਸਮਰਾਲੇ ਦੇ ਵਾਲਮੀਕ ਭਾਈਚਾਰੇ ਵੱਲੋਂ ਵੀ ਅੱਜ ਮੰਦਰ ਦੇ ਵਿੱਚ ਵਾਲਮੀਕ ਮੰਦਰ ਦੇ ਵਿੱਚ ਮੀਟਿੰਗ ਰੱਖੀ ਗਈ ਉਹਦੇ ਵਿੱਚ ਇਹਨਾਂ ਨੇ ਸਮਰਾਲੇ ਦੀਆਂ ਇਲਾਕੇ ਦੀਆਂ ਸਾਰੀਆਂ ਜਥੇਬੰਦੀਆਂ ਸਮਾਜਿਕ ਜਥੇਬੰਦੀਆਂ ਅਤੇ ਵਪਾਰ ਮੰਡਲ ਸਮਰਾਲਾ ਅਤੇ ਹੋਰ ਦੁਕਾਨਦਾਰ ਭਰਾਵਾਂ ਨੂੰ ਸੱਦਾ ਦੇ ਕੇ ਇੱਥੇ ਬੁਲਾਇਆ ਅਤੇ ਸਭ ਦੀ ਸਹਿਮਤੀ ਦੇ ਨਾਲ 10 ਤਰੀਕ ਨੂੰ ਬਾਜ਼ਾਰ ਬੰਦ ਰੱਖਣ ਬਾਰੇ ਫੈਸਲਾ ਕੀਤਾ ਹਾਂਜੀ ਕੀ ਨਾਮ ਹੈ ਮੇਰਾ ਨਾਮ ਪਵਨ ਸੋਹਤਾ ਪ੍ਰਧਾਨ ਭਾਵਾ ਦਾ ਸਮਰਾਲਾ ਅੱਜ ਅਸੀਂ ਭਗਵਾਨ ਵਾਲਮੀਕਿ ਮੰਦਰ ਵਿੱਚ ਮਨੀਸ਼ਾ ਦੇ ਸੰਬੰਧ ਦੇ ਵਿੱਚ ਅਸੀਂ ਇੱਕ ਮੀਟਿੰਗ ਰੱਖੀ ਸੀ ਜੋ ਕਿ ਸਾਡੇ ਭਾਰਤ ਦੇ ਵਿੱਚ ਪੂਰਾ ਭਾਰਤ ਬੰਦ ਦੇ ਸੰਬੰਧ ਦੇ ਵਿੱਚ ਸਾਨੂੰ ਕੌਲ ਆਈ ਸੀ ਅਸੀਂ ਭਗਵਾਨ ਵਾਲਮੀਕਿ ਮੰਦਰ ਪੂਰਾ ਸ਼ਹਿਰ ਨਿਵਾਸੀ ਵਪਾਰਕ ਮੰਡਲ ਸਨੀ ਦੋਆ ਜੀ ਦੀਪਕ ਜੀ ਸ਼ਿਵ ਸੈਨਾ ਰਮਨ ਵਡੇਰਾ ਜੀ ਸ਼ੰਕਰ ਕਲਿਆਣ ਸ਼ਿਵ ਕਲਿਆਣ ਜੀ ਕਾਮਰੇਡ ਭਜਨ ਜੀ ਅਰੋੜਾ ਜੀ ਦੀਪਕ ਰਾਏ ਜੀ ਸਾਰੇ ਸ਼ਹਿਰ ਨਿਵਾਸੀਆਂ ਨੇ ਸਾਡਾ ਮਤਲਬ ਆ ਕੇ ਸਹਿਯੋਗ ਕੀਤਾ ਔਰ ਵੀ ਜੋ ਵੀ ਮੁਕੰਮਲ 10 ਤਰੀਕ ਨੂੰ ਭਾਰਤ ਬੰਦ ਦੀ ਕਾਲ ਆ ਉਸ ਦੇ ਵਿੱਚ ਅਸੀਂ ਸਾਰੇ ਤੁਹਾਡਾ ਸਾਥ ਦੇਵਾਂਗੇ ਅਤੇ ਮਨੀਸ਼ਾ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦਵਾਵਾਂਗੇ ਜੈ ਵਾਲਮੀਕੀ ਜੈ ਰਵਿਦਾਸ ਹਾਂਜੀ ਕੀ ਨਾਮ ਆ ਜੀ ਸ਼ੰਕਰ ਕਲਿਆਣ ਜੀ ਮੈਂ ਭਾਵਾ ਦਾ ਸਾਗੂ ਜੋ ਕਿ ਅੱਜ ਸਾਰੀ ਵਪਾਰ ਮੰਡਲ ਅਤੇ ਧਾਰਮਿਕ ਜਥੇਬੰਦੀਆਂ ਹੋਰ ਸਮਾਜਿਕ ਜਥੇਬੰਦੀਆਂ ਦੀ ਇੱਕ ਅਹਿਮ ਮੀਟਿੰਗ ਰੱਖੀ ਵਾਲਮੀਕ ਮੰਦਰ ਦੇ ਵਿੱਚ ਅਤੇ ਜੋ ਹਾਥਰਸ ਦੇ ਵਿੱਚ ਇੱਕ ਘਟਨਾ ਹੋਈ ਆ ਮਨੀਸ਼ਾ ਦੇ ਗੈਂਗਰੇਪ ਦੇ ਸੰਬੰਧ ਵਿੱਚ ਸਾਨੂੰ ਸਾਡੇ ਹਾਈਕਮਾਂਡ ਵੱਲੋਂ ਵਾਲਮੀਕ ਭਾਈਚਾਰੇ ਵੱਲੋਂ ਕਾਲ ਆਈ ਆ ਉਸ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਅਤੇ ਸਾਨੂੰ ਬੰਦ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਸਾਰੇ ਹੀ ਜਿੰਨੇ ਵੀ ਵਪਾਰ ਮੰਡਲ ਹੋਰ ਸਮਾਜਿਕ ਜਥੇਬੰਦੀਆਂ ਨੇ ਸਾਡਾ ਸਹਿਯੋਗ ਦਿੱਤਾ ਅਤੇ ਉਹ ਸਹਿਮਤੀ ਦਿੱਤੀ ਆ ਵੀ ਅਸੀਂ 10 ਤਰੀਕ ਨੂੰ ਬੰਦ ਦਾ ਸੱਦਾ ਦਿੱਤਾ ਧੰਨਵਾਦ ਜੀ ਸਨੀ ਦੂਆ ਵਪਾਰ ਮੰਡਲ ਮੈਂਬਰ ਪ੍ਰਧਾਨ ਮੋਬਾਈਲ ਐਸੋਸੀਏਸ਼ਨ ਕੌਂਸਲਰ ਅਤੇ ਸ਼ਹਿਰੀ ਪ੍ਰਧਾਨ ਯੂਥ ਕਾਂਗਰਸ ਸਮਰਾਲਾ ਜੋ ਹਾਥਰਸ ਵਿੱਚ ਸਾਡੀ ਦਲਿਤ ਭੈਣ ਮਨੀਸ਼ਾ ਨਾਲ ਜੋ ਬਲਾਤਕਾਰ ਹੋਇਆ ਅਤੇ ਉਸ ਨੂੰ ਬੜੀ ਬੇਰਹਿਮੀ ਨਾਲ ਮਾਰਿਆ ਗਿਆ ਉਸਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਦੇ ਲਈ ਜੋ ਭਾਰਤ ਬੰਦ ਦਾ ਸੱਦਾ ਹੈ ਅਸੀਂ ਇਹਨਾਂ ਭਰਾਵਾਂ ਨਾਲ ਸਾਰਿਆਂ ਨਾਲ
ਪੂਰਾ ਸਾਰਾ ਸ਼ਹਿਰ ਅਤੇ ਸਾਰਾ ਵਪਾਰ ਮੰਡਲ ਔਰ ਕਾਂਗਰਸ ਪਾਰਟੀ ਇਹਨਾਂ ਨੂੰ ਸਹਿਯੋਗ ਦਿੰਦੇ ਹਾਂ ਵੀ ਜਿਵੇਂ ਵੀ ਸਾਨੂੰ ਜੋ ਹੁਕਮ ਹੋਊਗਾ ਅਸੀਂ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਾਂਗੇ।